ਤਮਾਮ ਕਿਸਾਨ ਭਾਈਆਂ ਨੂੰ ਮੇਰੀ ਤਰਫੋਂ ਅਸਲਾਮ ਵਾਲੇਕੁਮ। ਉਮੀਦ ਹੈ ਜੀ ਸਾਰੇ ਕਿਸਾਨ ਭਾਈ ਖਰੀਦ ਨਾਲ ਹੋਣਗੇ। ਅੱਜ ਗੱਲਾ ਮੰਡੀ ਅਰਵਾਲਾ ਦੇ ਰੇਟ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਏ ਹਾਂ। ਇਸ ਤੋਂ ਪਹਿਲਾਂ ਇੱਕ ਵੀਡੀਓ ਮੈਂ ਬਣਾ ਚੁੱਕਿਆ ਅਲੱਗ, ਉਹਦੇ 'ਚ ਮੱਕੀ ਦਾ ਅਤੇ ਸਰ੍ਹੋਂ ਦਾ ਅਤੇ ਮੈਂ ਕਾਟਨ ਦਾ ਰੇਟ ਉਹਦੇ 'ਚ ਦੱਸਿਆ ਵਾ। ਹੁਣ ਤੁਹਾਨੂੰ ਇੱਕ ਸਪੈਸ਼ਲ ਵੀਡੀਓ ਤੁਹਾਡੇ ਵਾਸਤੇ ਝੋਨੇ ਦੀ ਬਣਾਈ ਹੈ। ਝੋਨੇ ਦੀਆਂ 3-4 ਢੇਰੀਆਂ ਮੈਂ ਵਿਜ਼ਿਟ ਕੀਤੀਆਂ ਵਾ, ਜਿਹਦੇ ਵਿੱਚ ਟੋਪ ਢੇਰੀ ਜਿਹੜੀ ਸੇਲ ਹੋਈ ਹੈ ਜੀ ਉਹ ਸੇਲ ਹੋਈ ਹੈ ਜੀ 5865 ਰੁਪਏ ਦੇ ਵਿੱਚ, ਅਤੇ ਇੱਕ ਹੋਰ ਢੇਰੀ ਸੇਲ ਹੋਈ ਹੈ, ਉਹ ਮਾਲ ਥੋੜ੍ਹਾ ਜਿਹਾ ਹਲਕਾ ਸੀਗਾ, ਉਹ ਹੋਈ ਹੈ ਜੀ 5750 ਰੁਪਏ ਦੇ ਵਿੱਚ, ਉਹ ਢੇਰੀ ਸੇਲ ਹੋਈ ਹੈ। ਇਹ ਢੇਰੀ ਨੂੰ ਦੇਖੋ ਹੁਣ ਕੀ ਰੇਟ ਲੱਗਦਾ ਵਾ, ਕਿਉਂਕਿ ਇਹ ਮਾਲ ਜਿਹੜਾ 5865 ਰੁਪਏ ਦੇ ਵਿੱਚ ਸੇਲ ਹੋਇਆ ਵਾ, ਉਹਦੇ ਨਾਲ ਥੋੜ੍ਹਾ ਜਿਹਾ ਮਾਲ ਇਹ ਹਲਕਾ ਵਾ। ਅਤੇ ਬਾਕੀ ਅਗਰ ਤੁਹਾਨੂੰ ਸਾਡੀ ਵੀਡੀਓਜ਼ ਅੱਛੀ ਲੱਗਦੀ ਹੈ, ਸਾਡੀ ਯੂਟਿਊਬ ਚੈਨਲ ਐਗਰੀਕਲਚਰ ਹੱਬ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ, ਆਪਣੇ ਦੋਸਤ ਅਹਿਬਾਬ ਦੇ ਨਾਲ ਸ਼ੇਅਰ ਕਰੋ, ਅਤੇ ਡੇਲੀ ਬੇਸ 'ਤੇ ਗੱਲਾਂ ਮੰਡੀ ਅਰਵਾਲ ਦੀ ਵੀਡੀਓ ਦੇਖਣ ਵਾਸਤੇ ਸਾਡੇ ਨਾਲ ਅਟੈਚ ਰਹੋ। ਤੁਹਾਨੂੰ ਡੇਲੀ ਬੇਸ 'ਤੇ ਰੇਟ ਦੱਸੇ ਜਾਣਗੇ ਜੀ। ਇਹ ਢੇਰੀ ਸੇਲ ਹੋਈ ਹੈ ਜੀ 5835 ਰੁਪਏ ਦੇ ਵਿੱਚ, ਇਹ ਝੋਨਾ ਸੇਲ ਹੋਇਆ 5835 ਰੁਪਏ ਦੇ ਵਿੱਚ। ਸ਼ੁਕਰੀਆ। ਚਟੇਰਾ ਸਾਨੂੰ ਹੋ ਜਾਵੇ ਬਸ।